ਪੰਚਾਇਤੀ ਚੋਣਾਂ ਦੇ ਚਲਦੇ ਨਿਊਜ਼ ਅੰਬਰ ਦੀ ਟੀਮ ਵੱਲੋਂ ਪਿੰਡ ਘਿਆਲਾ ਦਾ ਦੌਰਾ ਕੀਤਾ ਗਿਆ, ਜਿੱਥੇ ਪਿੰਡ ਵਿੱਚ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜ ਨਾ ਹੋਣ ਦੀ ਵਜ੍ਹਾ ਨਾਲ ਸਥਾਨਕ ਲੋਕਾਂ ਵਿੱਚ ਰੋਸ ਹੈ। ਜੇਕਰ ਗੱਲ ਕਰੀਏ ਪਿੰਡ ਦੀ ਤਾਂ ਪਿੰਡ ਵਿਖੇ ਵਾਟਰ ਸਪਲਾਈ ਹੋਣ ਦੇ ਬਾਵਜੂਦ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਪਰੇਸ਼ਾਨ ਹੋਣਾ ਪੈਂਦਾ ਹੈ। ਪਿੰਡ ਵਿੱਚ ਸਰਕਾਰੀ ਹਸਪਤਾਲ ਤਾਂ ਹੈ, ਪਰ ਜਗ੍ਹਾ ਦੀ ਘਾਟ ਹੋਣ ਦੇ ਕਾਰਨ ਲੋਕਾਂ ਨੂੰ ਸਿਵਲ ਹਸਪਤਾਲ ਜਾਂ ਫਿਰ ਨਿੱਜੀ ਹਸਪਤਾਲਾਂ ਚੱਕਰ ਲਗਾਉਣੇ ਪੈਂਦੇ ਹਨ। ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਬਰਸਾਤ ਵਿੱਚ ਔਂਕੜਾਂ ਝੇਲਣੀਆਂ ਪੈਂਦੀਆਂ ਹਨ ਅਤੇ ਕੂੜਾ ਪਿੰਡ ਦੇ ਵਿੱਚੋਂ ਵਿੱਚ ਬਣੇ ਤਲਾਬ ਵਿੱਚ ਸੁੱਟੇ ਜਾਣ ਕਾਰਨ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ। ਡਾਕਟਰ ਵਿਨੋਦ ਕੁਮਾਰ, ਮੈਂ ਪਿੰਡ ਘਿਆਲੇ ਦਾ ਵਾਸੀ ਹਾਂ ਅਤੇ ਇਸ ਵਾਰ ਚੋਣ ਹੋਣ ਜਾ ਰਹੀ ਹਾਂ, ਇਹਦੇ 'ਚ ਤਾਂ ਬਹੁਤ ਮੁੱਦੇ ਹੈਗੇ ਹਨ ਕਿ ਸਾਡੇ ਜਿਹੜੇ ਪਿਛਲੇ ਜੋ ਕਾਰਗੁਜ਼ਾਰੀ ਹੈ ਵੱਧ ਤੋਂ ਵੱਧ ਕੀਤੀ ਗਈ ਹੈ, ਪਰ ਕੋਈ ਰਹਿ ਗਿਆ ਹੈਗੇ ਕੱਲ੍ਹ ਬਹੁਤ ਸਾਰੇ ਕੰਮ ਜਿਹੜੇ ਆ ਕਰਨ ਵਾਲੇ ਰਹਿ ਗਏ ਨੇ, ਅਤੇ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਉਸ ਬੰਦੇ ਨੂੰ ਵੋਟਾਂ ਪਾਓ ਜਿਹੜਾ ਪਿੰਡ ਦੇ ਵਿਕਾਸ ਲਈ ਅੱਗੇ ਆਏ। ਪਿੰਡ ਦੀ ਪਰੇਸ਼ਾਨੀਆਂ ਦੇ ਚੱਲਦੇ ਨਿਊਜ਼ ਨੰਬਰ ਦੀ ਟੀਮ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਿੱਚ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜ ਨਾ ਹੋਣ ਕਾਰਨ ਪਿੰਡ ਵਿਖੇ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਪਿੰਡ ਵਿਖੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਵਜ੍ਹਾ ਨਾਲ ਅਕਸਰ ਬਰਸਾਤਾਂ ਵਿੱਚ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਲੋਕਾਂ ਨੇ ਕਿਹਾ ਕਿ ਪਿੰਡ ਵਿੱਚ ਵਾਟਰ ਸਪਲਾਈ ਤਾਂ ਹੈ ਪਰ ਪਾਣੀ ਪੂਰਾ ਨਾ ਆਉਣ ਦੇ ਕਾਰਨ ਬਹੁਤ ਸਾਰੇ ਅਜਿਹੇ ਘਰ ਹਨ ਜਿਨ੍ਹਾਂ ਤੱਕ ਪਾਣੀ ਨਹੀਂ ਪਹੁੰਚਦਾ। ਲੋਕਾਂ ਨੇ ਕਿਹਾ ਕਿ ਇਸ ਵਾਰ ਅਜਿਹੇ ਉਮੀਦਵਾਰ ਨੂੰ ਸਰਪੰਚ ਬਣਾਇਆ ਜਾਵੇਗਾ ਜੋ ਕਿ ਪਿੰਡ ਦਾ ਮੋਹਰੀ ਬਣ ਲੋਕਾਂ ਦੀ ਪਰੇਸ਼ਾਨੀਆਂ ਦਾ ਹੱਲ ਕਰ ਸਕੇ। ਇਹਦੇ ਵਿੱਚ ਬੜੀਆਂ ਪਰੇਸ਼ਾਨੀਆਂ ਹੈਗੀਆਂ, ਠੀਕ ਹੈ। ਨੰਬਰ 1, ਸਾਡੇ ਹਸਪਤਾਲ ਵਿੱਚ 2 ਕਮਰੇ ਹੈਗੇ ਆ, ਜ਼ਿਆਦਾ ਤੋਂ ਜ਼ਿਆਦਾ 10 ਕਮਰੇ ਉੱਥੇ ਹੋਰ ਬਣਨੇ ਚਾਹੀਦੇ ਆ, ਠੀਕ ਹੈ ਨਾ। ਅਤੇ ਬਾਕੀ ਸਟਾਫ ਬਿਲਕੁਲ ਠੀਕ ਹੈ, ਸਭ ਕੁਛ ਓਕੇ ਆ ਉੱਥੇ। ਅਤੇ ਦੂਸਰੀ ਪਰੇਸ਼ਾਨੀ, ਜਿੱਦਾਂ ਸਾਡੇ ਪਿੰਡ ਦੇ ਵਿੱਚ ਲੋਕਾਂ ਨੇ ਵਾਰ ਵਾਰ ਮਕਾਨ ਬਣਾਏ ਦੇ ਆ, ਜ਼ਿਆਦਾ ਪਾਣੀ ਸੜਕਾਂ ਸੁੱਟਦਾ, ਤਾਂ ਉਹਦੇ ਵੀ ਹੱਲ ਹੋਣਾ ਚਾਹੀਦਾ ਸੀਵਰੇਜ ਦੇ ਬਾਰੇ, ਠੀਕ ਹੈ ਨਾ, ਉਹ ਪੈਣਾ ਚਾਹੀਦਾ। ਨੰਬਰ 3, ਕਿ ਪੰਚਾਇਤ ਦੇ ਜਿੱਦਾਂ ਸਾਡੇ ਤਲਾਅ ਆ ਗਿਆ, ਉਹ ਤਾਂ ਉੱਥੇ ਡੰਗਾ ਆ ਗਿਆ, ਤਾਂ ਕੂੜੇ ਦੀ ਬੜੀ ਸਮੱਸਿਆ ਹੈਗੀ ਆ, ਉਹ ਵੀ ਪੰਚਾਇਤ ਜਗ੍ਹਾ ਹੈਗੀ ਆ, ਜੇ ਹੱਲ ਹੋਵੇ ਤਾਂ ਉਹ ਵੀ ਹੋਣਾ ਚਾਹੀਦਾ। ਦੇਖੋ, ਪਹਿਲਾਂ ਤਾਂ ਮੇਨ ਸਾਡੇ ਇੱਥੇ ਸਾਇੰਸ ਗਰੁੱਪ ਨਹੀਂ ਹੈਗਾ ਘਿਆਲੇ ਸਕੂਲ ਦੇ ਵਿੱਚ, ਪਲੱਸ 2 ਦਾ ਸਕੂਲ ਤਾਂ ਹੈਗਾ ਲੇਕਿਨ ਆਰਟਸ ਗਰੁੱਪ ਹੈਗਾ, ਉਹ ਸਾਡਾ ਇੱਕ ਮੇਨ ਸਮੱਸਿਆ, ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ, ਇਸ ਕਾਰਨ ਇਹ ਪਹਿਲ ਦੇ ਆਧਾਰ 'ਤੇ ਮਸਲਾ ਹੱਲ ਹੋਣਾ ਚਾਹੀਦਾ। ਬਾਕੀ ਜਿਹੜੀ ਆ ਗਲੀਆਂ ਨਾਲੀਆਂ ਦਾ ਆ, ਇਹ ਤਾਂ ਪੱਕਾ ਪ੍ਰਬੰਧ, ਗਲੀਆਂ ਨਾਲੀਆਂ ਦਾ ਕੋਈ ਐਡਾ ਮੈਟਰ ਨਹੀਂ ਹੈਗਾ, ਬਾਕੀ ਸਾਡੇ ਬੱਚਿਆਂ ਦੀ ਰੁਜ਼ਗਾਰ ਦੀ ਸਮੱਸਿਆ। ਪਿੰਡ ਦੀਆਂ ਸਮੱਸਿਆ ਪੁੱਛੋ ਤਾਂ ਇਹ ਤਾਂ ਬੜੀਆਂ ਨੇ, ਅਤੇ ਜੇ ਨਹੀਂ ਪੁੱਛੋ ਤਾਂ ਕੋਈ ਵੀ ਨਹੀਂ। ਪਹਿਲੀ ਗੱਲ ਤਾਂ ਸਾਡਾ ਵੀ ਅਸੀਂ ਮੰਦਰ ਲੱਗੇ ਬਣਾਉਣ, ਇੱਕ ਛੋਟਾ ਜਿਹਾ ਪੂਜਾ ਕਰਨ ਵਾਸਤੇ ਬਾਬੇ ਰਵੀਦਾਸ ਦਾ। ਅਸੀਂ ਅੱਜ ਤੋਂ ਲਈ ਕੋਈ 15-20 ਸਾਲ ਹੋਈ ਅਸਾਂ ਚੱਲੇ ਦੇ, ਸਾਖੇ ਕਿਸੇ ਨੇ ਮੰਦਰ ਨਹੀਂ ਬਣਾਉਣ ਦਿੱਤਾ। ਦੂਜੀ ਗੱਲ ਇਹ ਵੀ ਅਸੀਂ ਆਪਣੇ ਪੰਜਾਬ ਦੀ ਜਗ੍ਹਾ ਵਿੱਚ, ਕੋਈ ਪੰਜਾਬ ਦੀ ਜਗ੍ਹਾ ਵੀ ਨਹੀਂ, ਹਰ ਜਣਾ ਦਾ ਮੰਦਰ ਉੱਥੇ ਬਣਾਉਣਾ ਚਾਹੁੰਦੇ ਆ, ਹਰ ਜਣਾ ਜਗ੍ਹਾ ਆ ਉਹ ਜੰਜ ਘਰ ਬਣਾਇਆ ਪਿਛਲਿਆਂ ਨੇ, ਉੱਥੇ ਅਸੀਂ ਮੰਦਰ ਬਣਾਉਣਾ ਚਾਹੁੰਦੇ, ਸਾਨੂੰ ਮੰਦਰ ਨਹੀਂ ਬਣਾਉਣ ਦਿੱਤਾ। ਅਸੀਂ ਨੀਆਂ ਭਰੀਆਂ 15 ਬੋਰੀਆਂ ਸੀਮਿੰਟ ਲਾਇਆ ਉੱਥੇ, ਬਾਅਦ 'ਚ ਉਹਨੇ ਸਾਡਾ ਬੰਦ ਕਰਤਾ, ਖਰਾਬ ਕਰਤਾ, ਸੀਮਿੰਟ ਵੀ ਹੋਈ ਖਰਾਬ, ਸਾਨੂੰ ਉਹ ਵੀ ਨਹੀਂ ਬਣਾਉਣ ਦਿੱਤਾ। ਦੂਜੀ ਗੱਲ ਇਹ ਵੀ ਸਾਡੇ ਵਾਸਤੇ ਕੋਈ ਬੱਚਿਆਂ ਨੇ ਬਾਹਰ ਅੰਦਰ ਜਾਣਾ, ਕੋਈ ਇੰਨਾ ਕੋਈ ਰੋਲਾ, ਕੋਈ ਕਿਹਾ ਆਸੇ ਪਾਸੇ ਤਾਰ ਲਾਈ ਦੀ, ਉੱਧਰੋਂ ਸਾ ਕੋਈ ਕਿਸੇ ਪਾਸੇ ਲੰਘਣ ਨਹੀਂ ਦੇਣਾ। ਤੀਜੀ ਗੱਲ ਇਹ ਵੀ ਸਾਡੇ ਪਿੰਡ ਵਿੱਚ ਕੋਈ ਬੀਬੀਆਂ, ਸਾਰੇ ਗਰੀਬ ਅਮੀਰ ਨਹੀਂ ਹੁੰਦੇ, ਸਾਰੇ ਗਰੀਬ ਵਿੱਚ ਕਈ ਨੂੰ ਜਿਹਨਾਂ ਦੀ ਰੋਟੀ ਨਹੀਂ ਸਾਂਭਲ ਪੈਦਾ ਹੁੰਦੀ, ਉਹਦੇ ਵਾਸਤੇ ਕੋਈ ਰੁਜ਼ਗਾਰ ਨਹੀਂ ਹੈ ਬੀਬੀਆਂ ਵਾਸਤੇ, ਕੋਈ ਕੰਮ ਕਾਰ 20 ਕੰਮ ਚੱਲੇ ਲੋਕਾਂ ਦੀਆਂ ਫੈਕਟਰੀਆਂ, ਕੋਈ ਕਿਛ ਕੋਈ ਕਿਸੇ, ਸਾਡੇ ਪਿੰਡ ਵਿੱਚ ਕੋਈ ਕਾਰੋਬਾਰ ਨਹੀਂ ਹੈ। ਜਨਾਨੀ ਲਵਾਂਗੇ ਉਹ, ਜੇ ਬੜੀ ਖੇਤੀ ਕਰੀ 10 ਜਨਾਨੀ ਲਾ ਲਵਾਂਗੇ, 5 ਲਾ ਲਵਾਂਗੇ, 15 ਲਾ ਲਵਾਂਗੇ, ਕਿੰਨੇ ਦਿਨ ਲਾਂਗੇ ਉਹ? ਉਹ ਵੀ ਜੇ ਲਾਉਣੇ ਆ ਤਾਂ ਅੱਜ ਤੋਂ ਲਈਏ, ਸਾਡੇ 3 ਸਾਲ ਹੋਇਆ ਕੰਮ ਕੀਤੇ ਦੇ, ਸਾਡੀਆਂ 16 32 ਦਿਹਾੜੀਆਂ, ਸਾਡੀਆਂ 32 ਦਿਹਾੜੀਆਂ ਸਾਡੇ 1 ਪੈਸਾ ਨਹੀਂ ਮਿਲਿਆ।